ਮੈਨੂੰ ਕਿਹਾ ਹਾਂ ਮੈਨੂੰ ਵੱਢਦੇ ਕੁੱਟਦੇ ਮਾਰਦੇ ਮੈਨੂੰ ਵੱਢਦੇ ਮੈਨੂੰ ਮੇਰਾ ਖਰਚਾ ਨਹੀਂ ਚਾਹੀਦਾ ਮੈਨੂੰ ਵੱਢਦੇ ਮਾਮੇ ਨੇ ਤਲਵਾਰ ਖੜੀ ਮਾਮੇ ਨੇ ਰਾਜੀ ਹੈ ਪੱਤੀ ਪੱਤੀ ਨਰਿੰਦਰ ਕੁਮਾਰ ਨਰਿੰਦਰ ਕੁਮਾਰ ਸ਼ਰਮਾ ਪਰ ਵੀ ਤੇਰਾ ਘਰ ਵਾਲਾ ਕਿੱਥੇ ਹੈ ਮੇਰਾ ਹੋਇਆ ਸੀਗਾ ਉਹਨਾਂ ਨੇ ਮੇਰੇ ਸਹੁਰੇ ਦੇ ਨਾਲ 25,000 ਦਿੱਤੇ ਖੇਡ ਕੇ ਮੈਨੂੰ ਫਸਾ ਦਿੱਤਾ ਮੈਨੂੰ ਬਹੁਤ ਰੋ ਲਿਆ ਮੈਨੂੰ ਤੂੰ ਰਹਿੰਦੀ ਕਿੱਥੇ ਹੁਣ ਪਿੰਡ ਚ ਆਈ ਰਹਿਣ ਆਈ ਇੱਥੇ ਤੂੰ ਸਟਰਕਚਰ ਤੇ ਖੂਨ ਨਾਲ ਲੱਥਪੱਥ ਪਈ ਇਸ ਧੀ ਦੀ ਹਾਲਤ ਲਈ ਉਸਦੇ ਪਿਤਾ ਤੇ ਉਸਦਾ ਮਾਮਾ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਆਪਣੀ ਹੀ ਧੀ ਦੇ ਹੱਥ ਵੜ ਦਿੱਤੇ ਦਰਅਸਲ ਇਸ ਧੀ ਦਾ ਆਪਣੇ ਪੇਕਿਆਂ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਇਸ ਧੀ ਦਾ ਨਾਮ ਪਲਵੀ ਸ਼ਰਮਾ ਹੈ ਜੋ ਮੁੰਬਈ 'ਚ ਰਹਿੰਦੀ ਹੈ ਅਤੇ ਆਪਣੇ ਪਤੀ ਦੇ ਨਾਲ ਤਲਾਕ ਤੋਂ ਬਾਅਦ ਇਸਦਾ ਪੇਕੇ ਵਾਲਿਆਂ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਇਸੇ ਦੇ ਚੱਲਦਿਆਂ ਜਦੋਂ ਪੱਲਵੀ ਆਪਣੇ ਪਿਤਾ ਦੇ ਘਰ ਪਹੁੰਚੀ ਤਾਂ ਪਿਤਾ ਦੇ ਮਾਮੇ ਨੇ ਤੇਜ਼ਧਾਰ ਹਥਿਆਰਾਂ ਨਾਲ ਪੱਲਵੀ ਤੇ ਹਮਲਾ ਕਰ ਦਿੱਤਾ ਉਸ ਨੂੰ ਖੂਨ ਨਾਲ ਲੱਥਪੱਥ ਕਰ ਦਿੱਤਾ ਜਿਸ ਤੋਂ ਬਾਅਦ ਗੁਆਂਢੀ ਭੱਜੇ ਆਏ ਤੇ ਉਹਨਾਂ ਨੇ ਪੱਲਵੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਪੱਲਵੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਲਈ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ ਮਾਮਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਬੈਬਲ ਮੱਝਾ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਪੱਲਵੀ ਜੋ ਕਿ ਕਾਫੀ ਸਮੇਂ ਤੋਂ ਮੁੰਬਈ 'ਚ ਰਹਿ ਰਹੀ ਸੀ ਤੇ ਪਤੀ ਨਾਲ ਤਲਾਕ ਤੋਂ ਬਾਅਦ ਆਪਣੇ ਪੇਕੇ ਪਿਤਾ ਦੇ ਕੋਲ ਮਿਲਣ ਆਈ ਸੀ ਪਰ ਇੱਥੇ ਜਾਇਦਾਦ ਨੂੰ ਲੈ ਕੇ ਇਸ ਦਾ ਵਿਵਾਦ ਹੋ ਗਿਆ ਜਿਸ ਦੇ ਚੱਲਦਿਆਂ ਪਿਤਾ ਤੇ ਮਾਮੇ ਨੇ ਪੱਲਵੀ ਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਸ ਨੂੰ ਜ਼ਖਮੀ ਕਰ ਦਿੱਤਾ ਗੁਆਂਢੀਆਂ ਦੇ ਵੱਲੋਂ ਪੱਲਵੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਧਰ ਪੁਲਿਸ ਦੇ ਵੱਲੋਂ ਵੀ ਪੱਲਵੀ ਦੇ ਬਿਆਨ ਲੈ ਲਏ ਗਏ ਨੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪੱਲਵੀ ਸੁਰਿੰਦਰ ਸ਼ਰਮਾ ਡਾਟਰ ਆਫ ਸੁਰਿੰਦਰ ਸ਼ਰਮਾ ਜੋ ਸਾਡੇ ਕੋਲ 5:30 ਦੇ ਆਸ ਪਾਸ ਸਿਵਲ ਹਸਪਤਾਲ ਐਮਰਜੈਂਸੀ ਵਿਖੇ ਆਏ ਸੀਗੇ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀਗੀ ਅਸੀਂ ਇਹਨਾਂ ਦਾ ਪਰਚਾ ਕੱਟ ਕੇ ਅਤੇ ਇਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ GMC ਅੰਮ੍ਰਿਤਸਰ ਵਿੱਚ ਰੈਫਰ ਕੀਤਾ ਹੈਗਾ ਉੱਥੇ ਇਹਨਾਂ ਦਾ ਅੱਗੇ ਵਧੇਰਾ ਟ੍ਰੀਟਮੈਂਟ ਹੋਏਗਾ ਜੋ ਵੀ ਇਹਨਾਂ ਨੂੰ ਸਰਜਰੀ ਦੀ ਲੋੜ ਹੋਏਗੀ ਉੱਥੇ ਇਹਨਾਂ ਦਾ ਬਾਕੀ ਦਾ ਟ੍ਰੀਟਮੈਂਟ ਹੋਏਗਾ ਇੱਕ ਕੁੜੀ ਪੱਲਵੀ ਸ਼ਰਮਾ ਸੀ ਬਹਿਰ ਮਹਿੰਦੀ ਪਹਿਲਾਂ ਬੰਬੇ ਰਹਿੰਦੀ ਸੀਗੀ ਉਹ ਥੋੜ੍ਹਾ ਜਿਹਾ ਡਿਵੋਰਸ ਵਗੈਰਾ ਹੋ ਗਿਆ ਸੀ ਕਾਫੀ ਚਿਰ ਪਹਿਲਾਂ ਅਤੇ ਹੁਣ ਆਪਣੇ ਪਿੰਡ ਆਏ ਸੀ ਹਫ਼ਤੇ ਕੁ ਪਹਿਲਾਂ ਹਫ਼ਤਾ ਕੁ ਪਹਿਲਾਂ ਇਹਦਾ ਪੇਰੈਂਟਸ ਨਾਲ ਅਣਬਣ ਸੀ ਪੇਰੈਂਟਸ ਨੂੰ ਘਰੇ ਨਹੀਂ ਵੜਦੇ ਰਹੇ ਸੀਗੇ ਅਤੇ ਸਾਡੇ ਕੋਲ ਦਰਖਾਸਤ ਸੀਗੀ ਅੱਜ ਦਰਖਾਸਤ ਸਵੇਰੇ ਰਾਜੀਨਾਮਾ ਕਰਕੇ ਗਏ ਕੁੜੀ ਕਹਿੰਦੀ ਸੀ ਚਲੋ ਕੋਈ ਗੱਲ ਨਹੀਂ ਮੈਂ ਬਾਹਰ ਰਹਿ ਲੈਂਦੀ ਹਾਂ ਅਤੇ ਜਿੰਨਾ ਚਿਰ ਨਹੀਂ ਐਡਜਸਟਮੈਂਟ ਹੁੰਦੀ ਉਨਾ ਚਿਰ ਮੈਨੂੰ ਉੱਥੇ ਰਹਿਣ ਦਿਓ ਅਤੇ ਇਹ ਜਾ ਕੇ ਜਦੋਂ ਪਿੰਡ ਦੁਬਾਰਾ ਪਹੁੰਚੀ ਅਤੇ ਕੁੜੀ ਦੇ ਮਾਮੇ ਨੇ ਅਤੇ ਕੁੜੀ ਦੇ ਫਾਦਰ ਨੇ ਫਿਰ ਵਟੋ ਕੀਤੀ ਆ ਇਹਦੇ ਸੰਬੰਧ 'ਚ ਅਸੀਂ ਕਰਕੇ ਇਹਦੇ ਬਿਆਨ ਲੈ ਕੇ ਪਰਚਾ ਦਰਜ ਕਰ ਰਹੇ ਬਸ ਗਰਾਊਂਡ ਕਰਨ ਗਏ